ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਖਪਿੰਦਰ ਸ਼ੇਰਕਿਲ, ਤੁਸੀਂ ਬਨੇਰਾ ਟੀਵੀ ਦੇਖ ਰਹੇ ਹੋ। ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਅਕਸਰ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਦਾ ਦੌਰ ਚੱਲਦਾ ਹੀ ਰਹਿੰਦਾ ਹੈ। ਕੋਈ ਵੱਡਾ ਆਗੂ ਦੂਜੇ ਵੱਡੇ ਆਗੂ ਤੇ ਵੱਡੇ ਵੱਡੇ ਇਲਜ਼ਾਮ ਅਸੀਂ ਅਕਸਰ ਦੇਖਦੇ ਹਾਂ, ਪਰ ਬਹੁਤ ਘੱਟ ਹੁੰਦਾ ਹੈ ਕਿ ਇੱਕ ਆਗੂ ਦੂਜੇ ਕਿਸੇ ਆਗੂ ਦੀ ਤਾਰੀਫ ਕਰ ਰਿਹਾ ਤੇ ਉਹਦੇ ਚੰਗੇ ਕੰਮਾਂ ਦੀ ਤਾਰੀਫ ਕਰ ਰਿਹਾ ਹੈ। ਪਰ ਅਜਿਹਾ ਹੋਇਆ ਕਿਉਂਕਿ ਤਿੰਨ ਵਾਰ ਦੇ MP ਰਵਨੀਤ ਸਿੰਘ ਬਿੱਟੂ ਤੇ ਭਗਵੰਤ ਮਾਨ ਨੇ ਜਿਹੜੇ ਉਹ ਇੱਕ ਦੂਜੇ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਦੋਸਤੀ ਹੈ ਉਸਦਾ ਜ਼ਿਕਰ ਰਵਨੀਤ ਸਿੰਘ ਬਿੱਟੂ ਨੇ ਜਿਹੜੇ ਉਹ ਵੱਖ ਵੱਖ ਸਮਿਆਂ ਤੇ ਕਰਦੇ ਦਿਖਾਈ ਦਿੰਦੇ ਨੇ, ਪਰ ਹੁਣ ਰਵਨੀਤ ਸਿੰਘ ਬਿੱਟੂ ਨੇ ਖੁੱਲੇਆਮ ਉਹਨਾਂ ਦੀ ਤਾਰੀਫ ਕੀਤੀ ਹੈ, ਜਿਸ ਦੇ ਵਿੱਚ ਰਵਨੀਤ ਸਿੰਘ ਬਿੱਟੂ ਕਹਿੰਦੇ ਆ ਕਿ ਜਦ ਸਾਰੀ ਦੁਨੀਆ ਇਹ ਕਹਿੰਦੀ ਸੀ ਕਿ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਨੇ CM ਦਾ ਚਿਹਰਾ ਨਹੀਂ ਐਲਾਨਣਾ, ਤਾਂ ਉਸ ਦੇ ਬਾਵਜੂਦ ਭਗਵੰਤ ਮਾਨ ਇਸ ਚੀਜ਼ ਤੇ ਲੱਗੇ ਰਹੇ, ਇੱਕ ਇੱਕ ਕਰਕੇ ਆਮ ਆਦਮੀ ਪਾਰਟੀ ਦੇ ਵਿੱਚੋਂ ਲੋਕ ਜਾਂਦੇ ਰਹੇ, ਪਰ ਭਗਵੰਤ ਮਾਨ ਨੇ ਜਿਹੜੇ ਉਹ ਆਪਣੇ ਸਟੈਂਡ ਤੇ ਬਰਕਰਾਰ ਰਹੇ। ਭਾਵੇਂ ਕੋਈ ਆਮ ਪੰਜਾਬੀ ਹੋਵੇ, ਭਾਵੇਂ ਕੋਈ ਪਾਰਟੀ ਦਾ ਆਗੂ ਹੋਵੇ, ਇਹ ਉਹ ਕਹਿੰਦਾ ਸੀ ਕਿ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ CM ਦਾ ਚਿਹਰਾ ਨਹੀਂ ਐਲਾਨਣਾ, ਪਰ ਸਬਰ ਦੇ ਨਾਲ ਨੇ ਜਿਹੜੇ ਉਹ ਭਗਵੰਤ ਮਾਨ ਲੱਗੇ ਰਹੇ ਤੇ ਅੱਜ ਉਹਨਾਂ ਨੂੰ ਉਸ ਸਬਰ ਦਾ ਫਲ ਮਿਲਿਆ। ਇਹ ਰਵਨੀਤ ਸਿੰਘ ਬਿੱਟੂ ਹੋਰਾਂ ਦਾ ਤਾਜ਼ਾ ਬਿਆਨ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੀ ਸ਼ਰਾਬ ਵਾਲਾ ਮਾਮਲਾ ਹੈ ਉਸ ਦੇ ਵਿੱਚ ਉਹਨਾਂ ਦੀ ਨਿੱਜੀ ਜ਼ਿੰਦਗੀ ਹੈ, ਨਿੱਜੀ ਲਾਈਫ ਹੈ, ਕਿਸੇ ਦੀ ਵੀ ਨਿੱਜੀ ਜ਼ਿੰਦਗੀ ਦੇ ਵਿੱਚ ਝਾਕਣਾ ਕੋਈ ਵੀ ਬਹੁਤੀ ਚੰਗੀ ਗੱਲ ਨਹੀਂ। ਇੱਥੇ ਦੱਸਦੀ ਹੈ ਕਿ ਰਵਨੀਤ ਸਿੰਘ ਬਿੱਟੂ ਤਿੰਨ ਵਾਰ ਦੇ ਪੰਜਾਬ ਦੇ ਵਿੱਚ MP ਬਣੇ ਨੇ। 2014 ਦੇ ਵਿੱਚ ਜਦ ਸੰਗਰੂਰ ਤੋਂ ਭਗਵੰਤ ਮਾਨ ਜਿੱਤੇ ਸੀ ਤਾਂ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਲੋਕ ਸਭਾ ਪਹੁੰਚਦੇ ਨੇ। ਇਸ ਤੋਂ ਇਲਾਵਾ ਜਦ 2019 ਦੇ ਵਿੱਚ ਸੰਗਰੂਰ ਤੋਂ ਭਗਵੰਤ ਮਾਨ ਰਿਪੀਟ ਕਰਦੇ ਨੇ, ਉੱਧਰ ਉਹ ਲੁਧਿਆਣਾ ਤੋਂ ਰਿਪੀਟ ਕਰਦੇ ਨੇ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਕਸਰ ਮੇਰੀ ਪਾਰਟੀ ਤੋਂ ਬਾਹਰ ਭਗਵੰਤ ਮਾਨ ਨਾਲ ਮੇਰੇ ਬਹੁਤ ਨੇੜੇ ਦੇ ਰਿਸ਼ਤੇ ਨੇ, ਚੰਗੇ ਰਿਸ਼ਤੇ ਨੇ ਤੇ ਉਹ ਇੱਕ ਸਬਰ ਰੱਖਣ ਵਾਲੇ ਵਿਅਕਤੀ ਨੇ। ਇਸ ਦੌਰਾਨ ਭਗਵੰਤ ਮਾਨ ਦੀ ਸ਼ਰਾਬ ਪੀਣ ਦੇ ਮਾਮਲੇ ਤੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਭ ਤੋਂ ਵੱਡਾ ਜਿਹੜਾ ਦਾਗ ਲਾਇਆ ਉਹ ਤਾਂ ਖੁਦ ਅਰਵਿੰਦ ਕੇਜਰੀਵਾਲ ਨੇ ਲਾਇਆ, ਕਿਉਂਕਿ ਜਦ ਭਗਤ ਸਿੰਘ ਹੋਰਾਂ ਵਾਲੀ ਪੱਗ ਭਗਵੰਤ ਮਾਨ ਦੇ ਬੰਨੀ ਹੁੰਦੀ ਹੈ ਤਾਂ ਇੱਕ ਰੈਲੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਮਾਂ ਦੀ ਸਹੁੰ ਖਵਾਈ ਜਾਂਦੀ ਹੈ। ਇਸ ਤਰ੍ਹਾਂ ਦੇ ਇਲਜ਼ਾਮ ਰਵਨੀਤ ਸਿੰਘ ਬਿੱਟੂ ਨੇ ਅਰਵਿੰਦ ਕੇਜਰੀਵਾਲ ਤੇ ਲਾਏ ਨੇ ਕਿ ਸ਼ਰਾਬ ਦੀ ਜਿਹੜੀ ਪੱਕੀ ਮੋਹਰ ਹੈ ਉਹ ਤਾਂ ਖੁਦ ਅਰਵਿੰਦ ਕੇਜਰੀਵਾਲ ਨੇ ਲਾਈ ਹੈ, ਕਿਉਂਕਿ ਇੱਕ ਰੈਲੀ ਕੀਤੀ ਗਈ ਜਿਸ ਦੇ ਵਿੱਚ ਭਗਵੰਤ ਮਾਨ ਆਪਣੀ ਮਾਂ ਦੀ ਸਹੁੰ ਖਾਂਦੇ ਨੇ ਕਿ ਉਹ ਅੱਗੇ ਤੋਂ ਸ਼ਰਾਬ ਨਹੀਂ ਪੀਣਗੇ, ਜਦਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਦੀ ਵੀ ਨਿੱਜੀ ਜ਼ਿੰਦਗੀ ਦੇ ਵਿੱਚ ਝਾਕਣ ਦੀ ਕੋਈ ਲੋੜ ਨਹੀਂ ਹੈ, ਇਹ ਅਗਲੇ ਦਾ ਪਰਸਨਲ ਮਾਮਲਾ ਹੈ ਕਿ ਕੋਈ ਆਮ ਜ਼ਿੰਦਗੀ ਦੇ ਵਿੱਚ ਕੀ ਕਰਦਾ ਕੀ ਨਹੀਂ ਕਰਦਾ, ਕਿਸੇ ਨੂੰ ਵੀ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਝਾਕਣ ਦੀ ਜ਼ਰੂਰਤ ਨਹੀਂ ਹੈ। ਪਰ ਜਿਹੜੇ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਨੇ ਤਾਜ਼ਾ ਬਿਆਨ ਦੇ ਵਿੱਚ ਕਿਹਾ ਕਿ ਜਦ ਸਾਰੀ ਦੁਨੀਆ ਇਹ ਮੰਨਦੀ ਸੀ, ਇਹ ਕਹਿੰਦੀ ਸੀ, ਭਗਵੰਤ ਮਾਨ ਨੂੰ ਲੋਕ ਮਖੌਲ ਵੀ ਕਰਦੇ ਸੀ ਕਿ ਅਰਵਿੰਦ ਕੇਜਰੀਵਾਲ ਨੇ ਕਦੇ ਵੀ ਤੈਨੂੰ ਜਿਹੜਾ CM ਦਾ ਚਿਹਰਾ ਨਹੀਂ ਐਲਾਨਣਾ, ਇਸ ਸਭ ਦੇ ਬਾਵਜੂਦ ਭਗਵੰਤ ਮਾਨ ਆਪਣੀ ਗੱਲ ਤੇ ਅੜੇ ਰਹੇ ਤੇ ਆਪਣਾ ਸਟੈਂਡ ਰੱਖਿਆ ਤੇ ਆਖਿਰਕਾਰ ਇਸ ਵਾਰ 2022 ਦੇ ਵਿੱਚ ਭਗਵੰਤ ਮਾਨ ਦੇ ਨਾਂ ਤੇ ਆਮ ਆਦਮੀ ਪਾਰਟੀ ਚੋਣ ਲੜ ਰਹੀ ਹੈ ਤੇ ਵਾਰ ਵਾਰ ਦਾਅਵਾ ਕਰ ਰਹੀ ਹੈ ਕਿ ਸਾਡੀ ਜਿਹੜੀ ਸਰਕਾਰ ਹੈ ਉਹ ਵੀ ਭਗਵੰਤ ਮਾਨ ਦੇ ਨਾਂ ਤੇ ਬਣ ਸਕਦੀ ਹੈ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਕਾਂਗਰਸ ਦੇ CM ਚਿਹਰੇ ਬਾਰੇ ਵੀ ਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ, ਜਿੱਥੇ ਇਸ ਤੋਂ ਪਹਿਲਾਂ ਬ੍ਰਹਮਿੰਦਰਾ, ਰਾਣਾ ਗੁਰਜੀਤ ਤੇ ਸੁਨੀਲ ਜਾਖੜ CM ਚੰਨੀ ਦੀ ਵਕਾਲਤ ਕਰ ਚੁੱਕੇ ਨੇ, ਉੱਥੇ ਹੀ ਹੁਣ ਰਵਨੀਤ ਸਿੰਘ ਬਿੱਟੂ ਨੇ ਜਿਹੜੇ ਉਹਨਾਂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਲਗਭਗ 100% ਕਲੀਅਰ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਨੇ ਜਿਹੜੇ ਉਹ CM ਚੰਨੀ ਹੋਣਗੇ, ਕਿਉਂਕਿ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਚੰਗੀ ਕਾਰਗੁਜ਼ਾਰੀ ਕੀਤੀ ਹੈ ਜਿਸ ਦਾ ਉਹਨਾਂ ਨੂੰ ਫਲ ਵੀ ਮਿਲਿਆ। ਪਰ ਜਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜਾ ਉਹਨਾਂ ਦੀ ਕੁਰਸੀ ਤੋਂ ਉਲਾਂਭੇ ਕੀਤਾ ਗਿਆ ਸੀ ਤਾਂ ਉਸ ਦੌਰਾਨ CM ਚੰਨੀ ਨੇ ਜਿਹੜੇ ਮੌਜੂਦਾ CM ਨੇ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ CM ਬਣਨਗੇ, ਉਹ ਤਾਂ ਸੋਚਦੇ ਸੀ ਕਿ ਮੈਂ ਇੰਨਾ ਕੁ ਸੀਨੀਅਰ ਜ਼ਰੂਰ ਹੋ ਗਿਆ ਕਿ ਮੈਂ ਡਿਪਟੀ CM ਬਣ ਜਾਵਾਂਗਾ। ਪਰ ਉਹਨਾਂ ਨੂੰ ਕਾਂਗਰਸ ਹਾਈਕਮਾਨ ਵੱਲੋਂ CM ਐਲਾਨਿਆ ਗਿਆ ਤੇ ਨਾਲ ਹੀ ਹੁਣ ਇਹ ਕਿਹਾ ਜਾ ਰਿਹਾ ਕਿ 2022 ਦੇ ਵਿੱਚ ਜਿਹੜੀ ਹਵਾ
ਉਹ ਕਿਤੇ ਨਾ ਕਿਤੇ ਸੀਐਮ ਚੰਨੀ ਦੇ ਹੱਕ ਦੇ ਵਿੱਚ ਭੁਗਤ ਰਹੀ ਹੈ ਤੇ ਹੁਣ 6 ਫਰਵਰੀ ਨੂੰ ਜਾਨੀ ਕਿ ਕੱਲ ਦੇ ਵਾਲੇ ਦਿਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ। ਉਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਹੋਰਾਂ ਦਾ ਇਹ ਵੱਡਾ ਬਿਆਨ ਆਇਆ ਕਿ ਸੀਐਮ ਚੰਨੀ ਦਾ ਜਿਹੜੇ ਸੀਐਮ ਦਾ ਚਿਹਰਾ ਹੋਣਗੇ ਉਹ ਚੰਨੀ ਹੋਣਗੇ, ਇਹ ਲਗਭਗ ਤੈਅ ਹੋ ਚੁੱਕਿਆ। ਰਵਨੀਤ ਸਿੰਘ ਬਿੱਟੂ ਨੇ ਜਿੱਥੇ ਭਗਵੰਤ ਮਾਨ ਬਾਰੇ ਬਿਆਨ ਦਿੱਤਾ ਉੱਥੇ ਹੀ ਚੰਨੀ ਬਾਰੇ ਵੀ ਬਿਆਨ ਦਿੱਤਾ। ਇਸ ਤੋਂ ਇਲਾਵਾ ਜਿਹੜੀ ਅੰਮ੍ਰਿਤਸਰ ਪੂਰਬੀ ਸੀਟ ਹੈ ਉਸ ਬਾਰੇ ਵੀ ਕਿਹਾ ਕਿ ਹੁਣ ਕੁੰਡੀਆਂ ਦੇ ਜਿਹੜੇ ਸਿੰਘ ਨੇ ਉਹ ਫਸ ਗਏ ਨੇ ਤੇ ਬੜੇਵੇਂ ਖਾਣੀ ਹੈ ਜਿਹੜੀ ਉਹ ਜਿੱਤ ਜਾਵੇਗੀ। ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ, ਤਿੰਨ ਵੱਡੇ ਬਿਆਨ ਤੁਹਾਡੇ ਰੂਬਰੂ ਕੀਤੇ ਆ, ਤੁਹਾਨੂੰ ਤਿੰਨੇ ਬਿਆਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ, ਆਪਣੀ ਰਾਏ ਆ ਜਿਹੜੀ ਉਹ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ। ਅਗਲੀ ਅਪਡੇਟ ਦੇ ਲਈ ਬਣੇ ਰਹੋ ਬਨੇਰਾ ਟੀਵੀ ਦੇ ਨਾਲ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਾਨ 'ਤੇ ਕਲਿੱਕ ਕਰੋ।